ਗਿਆ ਜੀ ਆਪਣਾ ਥੋੜਾ ਜਿਹਾ ਗੋਲਡ ਚੁਰਾ ਗਿਆ ਮੇਰਾ 25 ਤੋਲੇ ਸਾਰਾ ਦਰਬਾਰ ਮੇਰਾ ਬੰਦਾ ਅੱਜ ਛੋਟਾ ਜਵਾਨ ਅੱਜ ਸਾਲ 2024 ਦੀ ਪਹਿਲੀ ਨੈਸ਼ਨਲ ਲੋਕਤੰਤਰ ਲਗਾਈ ਜਾ ਰਹੀ ਹੈ ਜੋ ਕਿ ਪੂਰੇ ਭਾਰਤ ਵਿੱਚ ਲਗਾਈ ਜਾ ਰਹੀ ਹੈ। ਅਸੀਂ ਜਲੰਧਰ ਸੈਸ਼ਨ ਡਿਵੀਜ਼ਨ ਦੇ ਵਿੱਚ ਕੁੱਲ 24 ਬੈਂਚ ਬਣਾਇਆ ਜਿਹਦੇ 'ਚੋਂ 20 ਬੈਂਚ ਹੈੱਡਕੁਆਟਰ ਜਲੰਧਰ 'ਤੇ ਅਤੇ 2 ਨਕੋਦਰ 2 ਫਲੋਰ ਲਗਾਏ ਆ। ਇਹਨਾਂ 20 ਬੈਂਚਾਂ ਦੇ ਵਿੱਚ ਇੱਕ ਰੈਵਨਿਊ ਦਾ ਬੈਂਚ ਹੈ, ਇੱਕ ਪਰਮਾਨੈਂਟ ਲੋਕਦਲ ਦਾ, ਇੱਕ ਬੈਂਚ ਅਸੀਂ ਕਮਿਸ਼ਨ ਜਿਹੜਾ ਕੰਜ਼ੂਮਰ ਕਮਿਸ਼ਨ ਹੈ ਡਿਸਟ੍ਰਿਕਟ ਕੰਜ਼ੂਮਰ ਕਮਿਸ਼ਨ ਉਹਦਾ ਲਗਾਇਆ, ਬਾਕੀ ਸਾਰੇ ਜੁਡੀਸ਼ੀਅਲ ਕੋਰਟਸ ਦੇ ਨੇ। ਸਰ ਓਵਰਆਲ ਕਿੰਨੇ ਕੇਸਿਸ ਟੇਕਅਪ ਕੀਤੇ ਗਏ? ਅਸੀਂ ਕਰੀਬ 40,000 ਦੇ ਕੇਸ ਟੇਕਅਪ ਕਰ ਰਹੇ ਹਾਂ ਅੱਜ, ਜਿਹਦੇ 'ਚ 25,000 ਪ੍ਰੀ ਲਿਟੀਗੇਟਿਵ ਜਿਹੜੇ ਹਾਲੇ ਅਦਾਲਤਾਂ 'ਚ ਆਉਣੇ ਆ, ਹਜੇ ਲੰਬਿਤ ਨਹੀਂ ਹੈ, ਅਤੇ 15,000 ਦੇ ਕਰੀਬ ਅਸੀਂ ਉਹ ਕੇਸ ਟੇਕਅਪ ਕਰ ਰਹੇ ਹਾਂ ਜਿਹੜੇ ਆਲਰੇਡੀ ਅਦਾਲਤਾਂ 'ਚ ਲੰਬਿਤ ਨੇ, ਪੈਂਡਿੰਗ ਨੇ। ਅਤੇ ਚਲਾਨ ਦੇ ਵੀ ਕੇਸਿਸ ਸੀਗੇ? ਟ੍ਰੈਫਿਕ ਚਲਾਨ ਵੀ ਅਸੀਂ ਇਹਦੇ 'ਚ ਟੇਕਅਪ ਕਰ ਰਹੇ ਹਾਂ। ਸਰ ਇਹਦੇ ਵਿੱਚ ਪ੍ਰੋਬਲਮਸ ਆਉਂਦੀਆਂ ਜਦੋਂ ਚਲਾਨ ਦੇ ਕਰਦੇ ਟ੍ਰੈਫਿਕ ਦੇ ਵਿੱਚ, ਤਾਂ ਉਹ ਇਸ ਵਾਰ ਕੋਈ ਉਹਦੇ ਵਾਸਤੇ ਕੋਈ ਅਲੱਗ ਪ੍ਰਬੰਧ ਕੀਤਾ ਗਿਆ? ਅਸੀਂ ਜਿੰਨੇ ਚਲਾਨ ਪੈਂਡਿੰਗ ਸੀ ਉਹਨਾਂ ਨੂੰ ਨਾ ਲਗਭਗ ਹਰੇਕ ਜਿਹੜਾ ਅਫੈਂਡਰ ਸੀਗਾ ਉਹਨਾਂ ਨੂੰ ਮੈਸੇਜ ਭੇਜਿਆ ਥਰੂ ਪੈਰਾਲੀਗਲ ਵਲੰਟੀਅਰਸ, ਉਹਨਾਂ ਦੇ ਜਿਹੜਾ ਸਾਡੇ ਕੋਲ ਨੰਬਰ ਸੀ, ਤਾਂ ਕਿ ਉਹ ਆਪਣਾ ਆ ਕੇ ਚਲਾਨ ਲੋਕ ਅਦਾਲਤ ਦੇ ਵਿੱਚ ਭੁਗਤ ਜਾਵੇ। ਨੰਬਰ ਆਲਰੇਡੀ ਡਿਸਕਲੋਜ਼ ਕੀਤਾ ਹੋਇਆ ਸੀ ਤਾਂ ਕਿ ਉਹ ਬੰਦਾ ਸਿੱਧਾ ਜਾ ਕੇ ਆਪਣੀ ਕੋਰਟ ਨਾਲ ਸੰਪਰਕ ਕਰ ਸਕੇ, ਉਹਨੂੰ ਕਿਤੇ ਬਾਹਰ ਇਨਕੁਆਇਰੀ ਨਾ ਕਰਨੀ ਪਵੇ ਆਪਣਾ ਮੈਟਰ ਕਿੱਥੇ ਪੈਂਡਿੰਗ ਹੈ। ਇਸ ਤੋਂ ਇਲਾਵਾ ਵੀ ਅਸੀਂ ਇਸ ਵਾਰੀ ਜਿਹੜੇ ਲਾਅ ਸਟੂਡੈਂਟਸ ਨੇ ਉਹਨਾਂ ਦੀ ਵੀ ਹੈਲਪ ਲਈ, ਉਹਨਾਂ ਲਾਅ ਸਟੂਡੈਂਟਸ ਨੂੰ ਅਸੀਂ ਵੱਖ ਵੱਖ ਬੈਂਚਾਂ ਦੇ ਵਿੱਚ ਡਿਪਿਊਟ ਕੀਤਾ ਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਕੇਸ ਕਿੱਥੇ ਪੈਂਡਿੰਗ ਹੈ, ਉਹਨਾਂ ਨੂੰ ਉੱਥੇ ਤੱਕ ਲਿਜਾ ਸਕਣ। ਉਹਨਾਂ ਨੂੰ ਅਸੀਂ ਕਾਲ ਲਿਸਟ ਸਾਰੀਆਂ ਦੇ ਦਿੱਤੀਆਂ ਬੈਂਚਸ ਦੀਆਂ ਤਾਂ ਕਿ ਉਹ ਲੋਕਾਂ ਨੂੰ ਗਾਈਡ ਕਰ ਸਕਣ, ਉਹਦਾ ਵੀ ਸਾਨੂੰ ਕਾਫੀ ਬੈਨੀਫਿਟ ਮਿਲਿਆ। ਠੀਕ, ਥੈਂਕ ਯੂ।